Oh,
कबित जैसे तो सकल निध पूर्ण समुद्र विखे हंस मरजीवा निहचै प्रसाद पावे जैसे पर्वत ही रामान कपारस सिद्ध खनवारा खान जग बिखे प्रगटावे जैसे मन बिखे मलयागर सौधा कपूर सोध कै सुबासी सुबास बहसावे तैसे गुरबाणी बिखे सकल पदार्थ है तैसे गुरबाणी बिखे सकल पदार्थ है जोई जोई खोजै सोई सोई निप जावे धन धन बाणी गुरु शब्द गुरु पूरा गुरु समर्थ गुरु प्रतख गुरु गुरु ग्रंथ साहिब जियो महाराज Bye.
ਮਹੱਲਾ ਪਹਿਲਾ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਂਕਾ ਕੰਚਨ ਕੁਆਰ ਸੋਇਨੇ ਕਾ ਚੌਂਕਾ ਕੰਚਨ ਕੁਆਰ ਰੁਪੇ ਕੀਆਂ ਕਾਰਾਂ ਬਹੁਤ ਵਿਸਥਾਰ ਗੰਗਾ ਕਾ ਉਦਕ ਕਰਮ ਤੇ ਕੀ ਆਗ ਗਰੁੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖੈ ਕਬ ਹੋ ਨਾ ਪਾਏ ਰੇ ਮਨ ਲੇਖੈ ਕਬ ਹੋ ਨਾ ਪਾਏ ਜਾਮ ਨਾ ਭੀਜੈ ਸਾਚ ਨਾ ਏ ਰਹਾਉ ਦਸ ਅੱਠ ਲਿਖੇ ਹੋਵਹਿ ਪਾਸ ਚਾਰੇ ਵੇਦ ਮੁਖਾਗਰ ਪਾਠ ਪੁਰਬੀ ਨਾਵੈ ਵਰਨਾ ਕੀ ਦਾਤ ਵਰਤ ਨੇਮ ਕਰੇ ਦਿਨ ਰਾਤ ਵਰਤ ਨੇਮ ਕਰੇ ਦਿਨ ਰਾਤ ਕਾਜੀ ਮੁੱਲਾਂ ਹੋਵੇ ਸ਼ੇਖ ਜੋਗੀ ਜੰਗਮ ਭਗਵੇਂ ਭੇਖ ਕੋ ਗਿਰ ਹੀ ਕਰਮਾ ਕੀ ਸੰਦ ਬਿਨ ਬੁੱਝੇ ਸਭ ਖੜੀਏ ਸੰਬੰਧ ਬਿਨ ਬੁੱਝੇ ਸਭ ਖੜੀਏ ਸੰਬੰਧ ਜੇਤੇ ਜੀ ਲਿਖੀ ਸਿਰ ਕਾਰ ਜੇਤੇ ਜੀ ਲਿਖੀ ਸਿਰ ਕਾਰ ਕਰਨੀ ਉੱਪਰ ਹੋਵ ਗਸਾਰ ਜੇਤੇ ਜੀ ਲਿਖੀ ਸਿਰ ਕਾਰ ਕਰਨੀ ਉੱਪਰ ਹੋਵ ਗਸਾਰ ਹੁਕਮ ਕਰਹੇ ਮੂਰਖ ਗਾਵਾਰ ਹੁਕਮ ਕਰਹੇ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਹੁਕਮ ਕਰਹੇ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਰੇ ਮਨ ਲੇਖੈ ਬਸੰਤ ਹੈ ਜਿੰਨਾ ਗੁਰਮੁਖ ਵਸਿਆ ਮਨ ਸੋਏ ਹਰ ਉੱਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਬਸੰਤ ਕੀ ਵਾਰ ਮਹਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ
ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜਥਾ ਵਡਭਾਗੀ ਹੈ ਜਿਸ ਨੂੰ ਜਾਗਦ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਔਰ ਆਪ ਪਿਆਰੀਆਂ ਸੰਗਤਾਂ, ਕਿਉਂਕਿ ਸੰਗਤ 21ਵੇਂ ਸੱਚੇ ਪਾਤਸ਼ਾਹ ਨੇ ਫੁਰਮਾਨ ਕੀਤਾ ਹੈ। ਗ੍ਰੀਨਵਾਜ ਕਹਿੰਦੇ ਗੁਰੂ 20ਵੇਂ ਔਰ ਸੰਗਤ 21ਵੇਂ, ਵਡਿਆਇਆ ਹੈ ਸੰਗਤ ਨੂੰ ਸੱਚੇ ਪਾਤਸ਼ਾਹ ਗ੍ਰੀਨਵਾਜ ਨੇ। ਤੋ ਪਿਆਰੀ ਸਾਧ ਸੰਗਤ ਜੀ, ਰਿਣੀ ਹਾਂ ਇਸ ਪ੍ਰਬੰਧਕ ਕਮੇਟੀ ਦਾ ਵੀ ਜਿਨ੍ਹਾਂ ਨੇ ਮਾਣ ਬਖਸ਼ਿਆ ਹੈ ਔਰ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸਾਰੀ ਸੰਗਤ ਦੀ ਹਾਜ਼ਰੀ ਔਰ ਪ੍ਰਬੰਧਕ ਵੀਰਾਂ ਦੀ ਹਾਜ਼ਰੀ, ਉਹਨਾਂ ਦੀ ਸੇਵਾ, ਆਪ ਦੀ ਸੇਵਾ ਸਾਰੀ ਗ੍ਰੀਨਵਾਜ ਥਾਂ ਪਾਉਣ, ਚੜ੍ਹਦੀ ਕਲਾ ਵਿੱਚ ਰੱਖਣ ਗ੍ਰੀਨਵਾਜ, ਸਭ ਦੇ ਘਰੀਂ ਖੁਸ਼ੀਆਂ ਖੇੜੇ ਮੰਗਲ, ਅੰਮ੍ਰਿਤ ਵੇਲਾ ਨਾਮ ਦਾ ਇਸ਼ਨਾਨ ਬਖਸ਼ ਕਰਨ। ਤੋ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਪਰੰਪਰਾ, ਕੀਰਤਨ ਦੀ ਮਰਿਆਦਾ ਅਨੁਸਾਰ ਜੋ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ੀ ਹੈ, ਗੁਰਸਿੱਖਾਂ ਦੀ ਝੋਲੀ ਪਾਈ, ਤੋ ਇਹ ਕੋਈ ਘਰ ਦੀ ਮਰਿਆਦਾ ਨਹੀਂ ਵੀ ਕਿਸੇ ਦੇ ਘਰ ਦੀ ਮਰਿਆਦਾ ਬਣਾਈ ਹੈ, ਇਹ ਗੁਰੂ ਦੀ ਮਰਿਆਦਾ ਹੈ। ਸ੍ਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਲੋਹੜੀ ਦੀ ਸ਼ਾਮ ਤੋਂ ਧਿਆਨ ਦੇਣਾ, ਲੋਹੜੀ ਦੀ ਸ਼ਾਮ ਤੋਂ ਜੋ ਅਖੀਰਲੀ ਸ਼ਬਦ ਚੌਂਕੀ ਹੈ ਸ੍ਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 8:40 'ਤੇ ਸ਼ੁਰੂ ਹੁੰਦੀ ਹੈ, ਤੋ ਉਹਨੂੰ ਕਾਨੜੇ ਦੀ ਚੌਂਕੀ ਵੀ ਕਹਿੰਦੇ ਹੈ ਔਰ ਸਾਨੂੰ ਹੁਕਮ ਆਉਂਦਾ ਹੈ ਸਿੰਘ ਸਾਹਿਬ ਜੀ ਦਾ ਕਿ ਤੁਸੀਂ 8:55 'ਤੇ ਜਿਹੜਾ ਸ਼੍ਰੀ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾਉਣਾ ਹੈ। ਤੋ 8:55 'ਤੇ ਜਿਨ੍ਹਾਂ ਦੀ ਹਾਜ਼ਰੀ ਹੈ ਅਰਦਾਸੀ ਸਿੰਘ, ਉਹ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਨੂੰ, ਗ੍ਰੀਨਵਾਜ ਗੁਰੂ ਰਾਮਦਾਸ ਨੂੰ, ਔਰ ਅਰਦਾਸ ਵਿੱਚ ਇਹ ਜੋਦੜੀ ਬੇਨਤੀ ਹੈ ਕਿ ਗ੍ਰੀਨਵਾਜ ਆਪਣੇ ਰਾਗੀ ਸਿੰਘਾਂ ਨੂੰ ਰਾਗ ਬਸੰਤ ਆਰੰਭ ਕਰਨ ਦੀ ਆਗਿਆ ਬਖਸ਼ੋ। ਤੋ ਬਕਾਇਦਾ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਫਿਰ ਰਾਗ ਬਸੰਤ ਆਰੰਭ ਹੁੰਦਾ ਹੈ ਅਤੇ ਇਹ ਜਿਹੜਾ ਪ੍ਰਵਾਹ ਹੈ ਇਹ ਹੋਲੇ ਮਹੱਲੇ ਤੱਕ, ਪੂਰਨਮਾਸ਼ੀ ਤੱਕ ਚੱਲਦਾ ਹੈ। ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਬਹੁਤੀਆਂ ਸੰਗਤਾਂ ਜਿਹੜੀਆਂ ਉਹ ਇਸ ਤੋਂ ਜਾਣੂ ਨਹੀਂ ਹਨ, ਤੋ ਆਪ ਦੇ ਚਰਨਾਂ ਵਿੱਚ ਇਸ ਕਰਕੇ ਬੇਨਤੀ ਹੈ ਕਿ ਇਹ ਮਰਿਆਦਾ ਸੱਚੇ ਪਾਤਸ਼ਾਹ ਦੀ ਗਰੀਬ ਨਿਵਾਜ ਦੀ ਬਖਸ਼ੀ ਹੋਈ ਮਰਿਆਦਾ ਹੈ। ਤੋ ਜਿਹੜੇ ਬਕਾਇਦਾ ਰਾਗੀ ਸਿੰਘ ਸਿੱਖੇ ਨੇ ਉਹ ਫਿਰ ਬੜੇ ਉਤਸ਼ਾਹ ਨਾਲ ਰਾਗ ਬਸੰਤ ਗਾਉਂਦੇ ਹੈ ਇਹਨਾਂ ਦਿਨਾਂ ਵਿੱਚ, ਤੋ ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ, ਬੜੇ ਉਮਾਹ ਨਾਲ ਇਹ ਰਾਗ ਦਾ ਗਾਇਨ ਕਰਦੇ ਹਨ। ਤੋ ਤੁੱਛ ਬੁੱਧੀ ਅਨੁਸਾਰ ਆਪ ਜੀ ਦੀ ਭੇਟਾ, ਤੋ ਆਓ। ਤੋ ਮੇਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਇਹ ਹੁੰਦਾ ਕਿ ਜਦੋਂ ਬਸੰਤ ਦਾ ਇਹ ਟਾਈਮ ਸਮਾਂ ਆਉਂਦਾ ਹੈ ਤੋ ਤਕਰੀਬਨ ਸਾਰੀ ਚੌਂਕੀ ਜਿਹੜੀ ਹੈ ਬਸੰਤ ਦੀ ਹੋਵੇ, ਕਿਉਂਕਿ ਸਾਲ ਬਾਅਦ ਇਹ ਟਾਈਮ ਆਉਣਾ, ਸਾਲ ਬਾਅਦ ਆਉਣਾ। ਤੋ ਪਿਆਰੀ ਸਾਧ ਸੰਗਤ ਜੀ, ਦੋ ਰਾਗ ਐਸੇ ਹੈ ਧਿਆਨ ਦੇਣਾ, ਦੋ ਰਾਗ ਐਸੇ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਜਿਹੜੇ ਕਿ ਮੌਸਮੀ ਰਾਗ ਹੈ। ਮੌਸਮੀ ਜਿਸ ਤਰ੍ਹਾਂ ਅਸੀਂ ਮੌਸਮ ਦੀ ਮੌਸਮ ਰੁੱਤ ਦੇ ਮੇਵੇ, ਜਿਸ ਤਰ੍ਹਾਂ ਗਰਮੀਆਂ ਦਾ ਫਰੂਟ ਹੋ ਰਿਹਾ ਹੈ, ਸਬਜ਼ੀ ਹੋ ਰਿਹਾ ਹੈ, ਸਰਦੀਆਂ ਦੀ ਹੋ ਰਿਹਾ ਹੈ, ਇਸ ਤਰ੍ਹਾਂ ਹੀ ਇਹ ਦੋ ਰਾਗ ਨੇ ਬਸੰਤ ਅਤੇ ਮਲਾਰ। ਤੋ ਹੁਣ ਬਸੰਤ ਦਾ ਟਾਈਮ ਹੈ, ਇਸ ਨੂੰ ਜਦੋਂ ਮਰਜ਼ੀ ਗਾਈਏ, ਸਵੇਰੇ ਦੁਪਹਿਰੇ ਰਾਤੀ ਆਥਣੇ ਜਦੋਂ ਮਰਜ਼ੀ ਗਾਓ, ਵੈਸੇ ਇਸ ਦਾ ਟਾਈਮ ਰਾਤ ਦਾ 12 ਵਜੇ ਦਾ ਹੈ। ਔਰ ਸਾਵਣ ਭਾਦੋਂ ਵਿੱਚ ਰਾਗ ਮਲਾਰ ਜਦੋਂ ਮਰਜ਼ੀ ਗਾਈਏ, ਕੋਈ ਬੰਦਿਸ਼ ਨਹੀਂ ਹੈ, ਵੈਸੇ ਇਸ ਦਾ ਟਾਈਮ ਵੀ ਰਾਤ ਦੇ 12 ਵਜੇ ਦਾ ਹੈ। ਤੋ ਇਹ ਬੇਨਤੀ ਆਪਦੇ ਚਰਨਾਂ ਵਿੱਚ ਇਸ ਕਰਕੇ ਕੀਤੀ ਹੈ ਕਿ ਸੰਗਤ ਜਿਹੜੀ ਹੈ ਬਹੁਤੀ ਨਹੀਂ ਜਾਣੂ, ਤੋ ਗ੍ਰੀਨਵਾਜ ਸੱਚੇ ਪਾਤਸ਼ਾਹ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੀ ਸੋਝੀ ਬਖਸ਼ਿਸ਼ ਕਰਨ। ਔਰ ਜੋ ਮੈਂ ਸਮਝਦਾ ਹਾਂ ਮੇਰਾ ਫਰਜ਼ ਬਣਦਾ ਹੈ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ, ਕਿ ਬੱਚਿਆਂ ਨੂੰ
35 ਅੱਖਰੀ ਜ਼ਰੂਰ ਸਿਖਾਓ, 35 ਅੱਖਰੀ ਨਹੀਂ ਆਉਂਦੀ। ਔਰ ਮੁਹਾਰ ਨਹੀਂ ਪੜਾਓ, ਕ ਕਾ ਕੇ ਕੀ, ਇਹਦਾ ਲਾਮ ਦਲਾਵਾਂ ਦਾ ਕੀ ਉਚਾਰਨ ਹੈ। ਤਾਂ ਜਦੋਂ ਬੱਚਾ ਇਹ ਪੜ੍ਹੇਗਾ ਔਰ 35 ਅੱਖਰੀ ਯਾਦ ਹੋਏਗੀ, ਤਾਂ ਉਹ ਫਿਰ ਗੁਰਬਾਣੀ ਜਿਹੜੀ ਹੈ ਅਸ਼ੁੱਧ ਨਹੀਂ ਪੜ੍ਹੇਗਾ, ਸ਼ੁੱਧ ਪੜ੍ਹੇਗਾ। ਤੋ ਇਹ ਚਰਨਾਂ ਵਿੱਚ ਬੇਨਤੀ ਹੈ ਭਾਈ, ਇਹ ਸਮੇਂ ਦੀ ਇਹ ਬਹੁਤ ਵੱਡੀ ਇਹ ਲੋੜ ਹੈ ਕਿ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ ਔਰ 35 ਅੱਖਰੀ ਜ਼ਰੂਰ ਸਿਖਾਓ। ਕੱਕਾ ਖੱਖਾ ਗੱਗਾ ਘੱਗਾ ਨੰਗਾ ਨੰਗਾ ਨਹੀਂ ਆਉਂਦਾ, ਚੱਚਾ ਛੱਛਾ ਜੱਜਾ ਝੱਜਾ ਨੰਨਾ ਨੰਨਾ ਨਹੀਂ ਆਉਂਦਾ, ਨਹੀਂ ਆਉਂਦਾ। ਤੋ ਇਸ ਕਰਕੇ ਬੇਨਤੀ ਹੈ ਕਿ ਇਹ ਜ਼ਰੂਰ ਧਿਆਨ ਦਿਓ ਆਪਣੇ ਬੱਚਿਆਂ ਨੂੰ। 35 ਅੱਖਰੀ ਗੁਰਬਾਣੀ ਤਾਂ ਬਾਅਦ ਦੀ ਗੱਲ ਹੈ, ਪਹਿਲਾਂ 35 ਅੱਖਰੀ ਔਰ ਮੁਹਾਰ ਨਹੀਂ ਸਿਖਾਓ ਤਾਂ ਕਿ ਬੱਚੇ ਗੁਰਬਾਣੀ ਸ਼ੁੱਧ ਪੜ੍ਹ ਸਕਣ। ਤੋ ਬੇਨਤੀ ਪ੍ਰਵਾਨ ਕਰਨੀ, ਆਓ ਬਸੰਤ ਮਹੱਲਾ ਪਹਿਲਾ। ਸਗਲ ਭਵਨ ਤੇਰੀ ਮਾਇਆ ਮੋਹ, ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰਨਾ ਦਿਸੈ ਸਰਬ ਤੋਹ, ਤੂੰ ਸੁਰਨਾਥਾ ਦੇਵਾ ਦੇਵ, ਹਰ ਨਾਮ ਮਿਲੈ ਗੁਰਚਰਨ ਸੇਵ, ਮੇਰੇ ਸੁੰਦਰ ਗੰਭੀਰ ਲਾਲ, ਮੇਰੇ ਸੁੰਦਰ ਗੰਭੀਰ ਲਾਲ, ਸੁੰਦਰ ਗੰਭੀਰ ਲਾਲ, ਮੇਰੇ ਸੁੰਦਰ ਗੰਭੀਰ ਲਾਲ, ਮੇਰੇ ਸੁੰਦਰ ਗੰਭੀਰ ਲਾਲ, ਮੇਰੇ ਸੁੰਦਰ। ਜਾਂ ਤਾਂ ਤੂੰ ਰਾ
संत महला पहला सगल भवन तेरी माया मोह मैं अवर न दिस सर्ब तोह तू सुरनाथा देवा देव हर नाम मिले गुरचरण सेव मेरे सुंदर गहर गंभीर लाल गुरमुख राम नाम गुण गाए तू अपरंपर सर्ब पाल रहाओ बिन साधना पाइए हर का संग बिन गुरमैल मलीन अंग बिन हर नाम न शुद्ध होए गुर शब्द सलाहे साच सोए बिन साधना पाइए हर का संग बिन गुरमैल मलीन अंग बिन हर नाम न शुद्ध होए गुर शब्द सलाहे साच सोए जा कौ तो राखें रखन हार सतगुरु मिलावें करें सार बिख होमै ममता पर हराए सब दुख बिनासे राम राय ऊतम गातमित हर गुण शरीर ऊतम गातमित हर गुण शरीर गुरमत प्रगटे राम नाम हीर लिव लागी नाम तज दूजा पाओ लिव लागी नाम तज दूजा पाओ जन नानक हर गुर गुर मिलाओ लिव लागी नाम लिव लागी नाम पंच शब्द तित कर सभागै कर सभागै शब्द वाजे कला जित कर धारिया पंच दूत तुद वस कीते पंच दूत तुद वस कीते काल कंट कुमारिया तुर कर्म पाया तुद जिन कौ से नाम हर कह लागे कह नानक तै सुख होआ कर अनहद बाजे तित कर अनहद बाजे पंजे पते महाबली Oh,
ਸੰਤ ਮਹੱਲਾ ਨਾਵਾਂ ਮਨ ਕਾਂਬ ਸਰਿਓ ਰਾਮ ਨਾਮ ਮਨ ਕਾਂਬ ਸਰਿਓ
संत महला नवा मन कहां बिसारो राम नाम तन बिन से जम स्यो पर काम रहो एह जग संग ना चल समझ ले एक भगत नारायण हो संग एक भगत नारायण हो भगत नारायण हो एक भगत नारायण संत महला नावा माई मैं थम पायो हर नाम 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 माई मैं थम पायो लोभ मोह ए परस न साके
10 ਮਿੰਟ ਦਾ ਟਾਈਮ ਹੋਰ ਹੈ, ਆਓ ਬਸੰਤ ਹਿੰਡੋਲ ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਬਸੰਤ ਹਿੰਡੋਲ ਮਹੱਲਾ ਚੌਥਾ, ਮਨ ਖਿਨ ਖਿਨ ਭਰਮ ਭਰਮ ਬਹੁਤ ਆਵੈ, ਮਨ ਖਿਨ ਖਿਨ ਭਰਮ ਭਰਮ ਬਹੁਤ ਆਵੈ, ਤਿਲ ਘਰ ਨਹੀਂ ਵਾਸਾ ਪਾਈਐ, ਤਿਲ ਘਰ ਨਹੀਂ ਵਾਸਾ ਪਾਈਐ, ਗੁਰ ਅੰਕਸ ਸ਼ਬਦ ਦਾਰੂ ਸਿਰ ਧਾਰਿਓ, ਗੁਰ ਅੰਕਸ ਸ਼ਬਦ ਦਾਰੂ ਸਿਰ ਧਾਰਿਓ, ਘਰ ਮੰਦਰ ਆਣ ਵਸਾਈਐ, ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ, ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ, ਗੋਬਿੰਦ ਜੀਓ ਸਤ ਸੰਗਤ, ਖਿਨ ਭਰਮ ਭਰਮ ਬਹੁਤ ਆਵੈ, ਮਨ ਖਿਨ ਖਿਨ ਭਰਮ ਭਰਮ ਬਹੁਤ ਆਵੈ, ਮਨ ਖਿਨ ਖਿਨ ਭਰਮ ਭਰਮ ਬਹੁਤ ਆਵੈ, ਦਿਲ ਘੜ ਨਹੀਂ ਵਾਸਾ, ਅੰਕਸ ਸ਼ਬਦ ਦਾਰੂ ਸਿਰ ਧਾਰਿਓ, ਗੁਰ ਅੰਕਸ ਸ਼ਬਦ ਦਾਰੂ ਸਿਰ ਧਾਰਿਓ, ਗੁਰ ਅੰਕਸ ਸ਼ਬਦ ਦਾਰੂ ਸਿਰ ਧਾਰਿਓ, ਘਰ ਮੰਦਰ ਆਣ ਵਸਾਈਐ, ਸਹਿਜ ਸਮਾਧ ਲਗਾਈਐ, ਹਰ ਸਹਿਜ ਸਮਾਧ ਲਗਾਈਐ, ਰਹਾਉ ਘਰ ਰਤਨ ਲਾਲ ਬਹੁਮਾਨਕ ਲਾਦੇ, ਘਰ ਰਤਨ ਲਾਲ ਗੋਜ ਖਿਨ ਕਾਢੈ, ਜਿਉਂ ਓਡਾ ਕੂਪ ਗੋਜ ਖਿਨ ਕਾਢੈ, ਤੋ ਸਤਿਗੁਰ ਵਸਤ ਲਹਾਈਐ, ਜਿਉਂ ਓਡਾ ਕੂਪ ਓਡਾ
ਐਸਾ ਸਤਿਗੁਰ ਸਾਧਨ ਪਾਇਆ ਜਿਨ ਐਸਾ ਸਤਿਗੁਰ ਸਾਧਨ ਪਾਇਆ ਤੇ ਤ੍ਰਿਗ ਤ੍ਰਿਗ ਨਰ ਜਿਵਾਈਐ ਤੇ ਤ੍ਰਿਗ ਤ੍ਰਿਗ ਨਰ ਜਿਵਾਈਐ ਜਨਮ ਪਦਾ ਕਿਰਪਾ ਕਰ ਕਿਰਪਾ ਗੁਰੂ ਮਿਲਾਈ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੇ ਨਾਮ ਧਿਆਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ।